गरीब वर्ग के लोग हमेशा ही सरकार की तरफ से गरीबों को दिए जाने वाले अनाज में हो रही घपलेबाजी के लिए अधिकारियों के पास शिकायत करते रहते हैं। लेकिन गुरदासपुर में एक मामला सामने आया जहां फूड सप्लाई विभाग के इंस्पेक्टरों ने खुद ही अपने विभाग की पोल खोलकर रख दी। फूड सप्लाई विभाग के इंस्पेक्टरों ने अपने ही विभाग के एक सप्लाई इंस्पेक्टर पर गरीबों को दिए जाने वाले अनाज में हेराफेरी करने के आरोप लगाए हैं। इंस्पेक्टरों का कहना है कि सुमित कुमार नाम का सप्लाई इंस्पेक्टर गरीबों को दिए जाने वाले अनाज में हेराफेरी कर 30 किलोग्राम के बोरे में 25 किलोग्राम अनाज भेज रहा है। जब डिपो होल्डरों ने और फील्ड इंस्पेक्टरों ने इसका विरोध किया तो सप्लाई इंस्पेक्टर सुमित कुमार ने अपनी धौंस दिखाते हुए कहा कि आप जो कर सकते हैं कर लीजिए। फील्ड इंस्पेक्टरों ने अपने उच्च अधिकारियों को शिकायत देकर इस पर कार्रवाई करने की मांग की है। जानकारी देते हुए फूड सप्लाई विभाग के इंस्पेक्टर और डिपो होल्डरों ने बताया है कि गरीबों को दिए जाने वाले अनाज पिछले कुछ महीने से बहुत खराब और कम आ रहा है। उनका कहना है कि इस इंस्पेक्टर पर पहले भी विभाग में घपलेबाजी करने के कई मामले दर्ज हैं और यह कई बार सस्पेंड भी हो चुका है। इसके बावजूद भी इसे विभाग में सप्लाई इंस्पेक्टर लगाया गया है। भाजी कणक का जी 30 किलो की पैकिंग है वेट बड़ा घट वा, कि 26 किलो निकल रही है, कि 25 किलो आ, कि 22 किलो भी हैगी है। तो एक कई इदा की कणक है कि ढेले बजे आ, गिली कणक आ, सारी बहुत खराब आ, तो लोग खड़ते नहीं गए। मैं तो तुम दिखा भी सकना गोदाम च पई दी कणक खो, जिहड़ा बंदा ये कणक धो के कैमिकल ना भिजी कणक वा धो के दऊगा तो धोत्या कैमिकल निकल थोड़ा जाना वा, वो तो मान लो पीस के कोई खाता भी आ तो बच्चों के अंदर ही जाना वा, तो वो बीमारी फैलनी फैलनी है। ये तो गुरदासपुर गोदाम चो आ कणक, तो उत्थे जिहड़े सुमित महा हैगा इंस्पैक्टर ਉਹੀ ਉੱਥੇ ਹੈਗਾ ਸਾਰਾ ਮੇਨ ਭੇਜਣ ਡਿਆ ਵਾ, ਉਹਦੇ 'ਤੇ ਹੋਣੀ ਚਾਹੀਦੀ ਹੈ ਤਾਂ ਕਾਰਵਾਈ ਸਾਰੀ ਵੀ ਆਉਣ ਡੀ ਹੈ ਅਤੇ ਖਰਾਬ ਵੀ ਆਉਣ ਡੀ ਹੈ। ਅਸੀਂ ਤਾਂ ਸ਼ਿਕਾਇਤ ਜਿਹੜੀ ਆ ਇੰਸਪੈਕਟਰ ਸਾਹਿਬ ਨੂੰ ਕਹਿ ਸਕਦੇ ਹਾਂ, ਸਾਡੇ ਇੰਸਪੈਕਟਰ ਸਾਹਿਬ ਚਲੋ DFC ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ, ਅਸੀਂ ਤਾਂ ਕਹਿੰਦੇ ਹਾਂ ਕਿ ਚਲੋ ਜਿਹੜੀ ਕਣਕ ਦੇਣੀ ਆ ਗਰੀਬ ਜਨਤਾ ਨੂੰ ਦੇਣੀ ਆ ਕਮ ਸੇ ਕਮ ਉਹ ਸਾਫ਼ ਤਾਂ ਦਿੱਤੀ ਜਾਏ, ਅਤੇ ਜੇ 30 ਕਿਲੋ ਪੈਕਿੰਗ ਆ ਤਾਂ ਉਹਨੂੰ ਪੂਰੀ 30 ਕਿਲੋ ਦਿੱਤੀ ਜਾਏ। ਕਣਕਾਂ ਇਹ ਆਈ ਹੈ ਜੀ, ਜਿਹੜੀ ਕਣਕ ਆਈ ਸੀ ਬਹੁਤ ਜ਼ਿਆਦਾ ਮਾਰੀ ਆਈ ਸੀ, ਅਤੇ ਜਿਹੜੀ ਕਣਕ ਦੋ ਪਹਿਲਾਂ ਤਿੰਨ ਭਾਂਗਾਂ ਚੰਗੀਆਂ ਆਈਆਂ ਨੇ, ਬਹੁਤ ਜਿਹੜੀ ਪਿਛਲੀ ਮਗਲੀਆਂ ਭਾਂਗਾਂ 3-4 ਆਈਆਂ ਨੇ ਉਹ ਬਹੁਤ ਜ਼ਿਆਦਾ ਮਾਰੀਆਂ ਆਈਆਂ। ਫਿਰ ਅਸੀਂ ਸ਼ਿਕਾਇਤ ਕੀਤੀ ਹੈ DFC ਸਾਹਿਬ ਕੋਲ, ਅਤੇ ਕਣਕ ਸੈਂਪਲ ਖੜਿਆ, ਸਾਡੇ ਇੰਸਪੈਕਟਰਾਂ ਨੇ ਬਹੁਤ ਹੈਲਪ ਕੀਤੀ ਵੀ ਜਿਹੜਾ ਸੈਂਪਲ ਵਾ ਤੂੰ ਲੈ ਕੇ ਆ ਆਪਣਾ। ਫਿਰ ਹਾਂ ਸੈਂਪਲ ਖੜਿਆ ਵਾ ਉੱਥੇ DFC ਸਾਹਿਬ ਕੋਲ, ਉਹਦੇ ਉਹਨੇ ਕਿਹਾ ਵੀ ਜਿਹੜੀ ਤੇਰੀ ਕਣਕ ਵਾ ਮਾਰੀ ਆ ਉਹਨੂੰ ਤੂੰ ਭੇਜ ਸਾਡੇ ਕੋਲ, ਅਸੀਂ ਇਹਦਾ ਹੱਲ ਕਰਨੇ ਆ। ਉਹ 14-15 ਤੋੜੇ ਬਾਅਦ 'ਚ ਹਾਂ ਫਿਰ ਮਾਰ ਵਾਪਸ ਭੇਜੇ ਆ। ਫਿਰ ਇੰਸਪੈਕਟਰਾਂ ਨੇ ਕਿਹਾ ਵੀ ਗਾੜੀ ਕਣਕ ਨਹੀਂ ਮਾਰੀ ਸਾਨੂੰ ਆਉਣੀ ਚਾਹੀਦੀ, ਪਰ ਫਿਰ ਵੀ ਇਹਨਾਂ ਨੇ ਜਿਹੜੀ ਕਣਕ ਵਾ ਮਾਰੀ ਡੀਪੂ ਦੇ 'ਤੇ ਵੇਖਦੇ ਹਾਂ ਅਸੀਂ, ਹਰ ਡੀਪੂ ਵਾਲਾ ਇਹੋ ਗੱਲ ਕਹਿ ਰਿਹਾ ਵੀ ਕਣਕ ਮਾਰੀ ਆ ਰਹੀ ਹੈ, ਕਣਕ ਮਾਰੀ ਆ ਰਹੀ ਜਾਂਦਾ। ਮੈਂ ਜੋੜੇ ਛੇਤਰਾਂ ਕੇਂਦਰ ਦੇ ਉੱਤੇ ਕੰਮ ਕਰ ਰਿਹਾ ਬਤੌਰ ਇੰਸਪੈਕਟਰ, ਅਤੇ ਇਹ ਜਿਹੜਾ ਹੁਣ ਸੀਜ਼ਨ ਦੇ ਵਿੱਚ ਗਰੀਬਾਂ ਦੀ ਜਿਹੜੀ ਕਣਕ ਵੰਡੀ ਜਾ ਰਹੀ ਹੈ, April 19 ਤੋਂ ਲੈ ਕੇ September 19 ਤੱਕ ਦੀ ਸਾਨੂੰ ਡਿਸਟ੍ਰੀਬਿਊਸ਼ਨ ਦਾ ਕੰਮ ਦਿੱਤਾ ਗਿਆ ਸੀ। ਸਾਨੂੰ 4 ਕੇਂਦਰਾਂ ਨੂੰ ਦਰਾਂਗਲਾ, ਗੁਰਦਾਸਪੁਰ, ਜੋੜਾ ਛੇਤਰਾਂ, ਕਲਾਨੌਰ, ਹਨੁਮਾਨ, ਅਤੇ ਇਹਨਾਂ ਨੂੰ ਲਿੰਕ ਕੀਤਾ ਗਿਆ ਇੱਥੇ ਗੁਰਦਾਸਪੁਰ ਤੋਂ ਸਟੋਰੇਜ ਕੇਂਦਰ ਤੋਂ ਕਣਕ ਚੁੱਕਣ ਵਾਸਤੇ। ਉਸੇ ਤਰ੍ਹਾਂ ਹੀ ਉਸ ਦੇ ਅਧੀਨ ਮੈਂ ਕਣਕ ਚੁੱਕਣ ਵਾਸਤੇ ਗੁਰਦਾਸਪੁਰ ਕੇਂਦਰ ਦੇ ਉੱਤੇ ਜਦੋਂ ਮੈਂ ਆਇਆ, ਪਹਿਲੀ ਗੱਡੀ ਮੈਂ ਜਦੋਂ ਚੁੱਕੀ ਹੈ ਕੋਈ ਉਹਦੇ ਵਿੱਚ ਕੋਈ 600 ਬੋਰੀ ਸੀ, ਉਹ ਮੈਂ ਪਿੰਡ ਕੋਟਲੀ ਸ਼ਾਹਪੁਰ ਮੈਂ ਭੇਜੀ। ਉਹ ਕੋਟਲੀ ਸ਼ਾਹਪੁਰ ਜਦੋਂ ਮੈਂ ਭੇਜੀ ਕਣਕ, ਅਤੇ ਉਹ ਜਾ ਕੇ ਉਹਨਾਂ ਨੇ ਜਦੋਂ ਲਾਭਪਾਤਰੀਆਂ ਨੂੰ ਦਿੱਤੀ ਅਤੇ ਉਹ ਕਣਕ ਸਾਰੀ ਸੜੀ ਹੋਈ ਸੀ ਅਤੇ ਗਿੱਲੀ ਸੀ ਕਣਕ, ਉਹਦੇ ਵਿੱਚੋਂ ਸੇਕ ਨਿਕਲਦਾ ਪਿਆ ਸੀ, ਅਤੇ ਉਹ ਜਿਹੜੀ ਕਣਕ ਹੈ ਉਹ ਇੰਨੀ ਬੁਰੀ ਕੁਆਲਿਟੀ ਦੀ ਸੀ ਅਤੇ ਘੱਟ ਸੀ, ਜਿਹੜੇ ਬੋਰੀਆਂ ਠੀਕ ਸੀ ਉਹਦੇ ਵਿੱਚ ਵੀ ਘੱਟ ਸੀ। ਉਹਨਾਂ ਨੇ ਲਾਭਪਾਤਰੀਆਂ ਨੇ ਉਹ ਕਣਕ ਲੈਣ ਤੋਂ ਇਨਕਾਰ ਕਰ ਦਿੱਤਾ। ਮੈਂ ਉਹਨਾਂ ਨੂੰ ਕਿਹਾ ਕਿ ਠੀਕ ਹੈ ਜਿਹੜੀਆਂ ਬੋਰੀਆਂ ਖਰਾਬ ਹੈਗੀਆਂ ਨੇ, ਮੈਂ ਇੰਸਪੈਕਟਰ ਸਾਹਿਬ ਨਾਲ ਗੱਲ ਕੀਤੀ, DFC ਸਾਹਿਬ ਨਾਲ ਗੱਲ ਕੀਤੀ, ਉਹਦੇ ਉਹਦੇ ਵਾਸਤੇ ਮੈਂ DFC ਸਾਹਿਬ ਨੂੰ ਚਿੱਠੀ ਵੀ ਲਿਖੀ ਹੋਈ ਹੈ ਕਿ ਇਹ ਜਿਹੜੀ ਕਣਕ ਹੈ ਅਸੀਂ ਉਹਦਾ ਕਣਕ ਦਾ ਸੈਂਪਲ ਲੈ ਕੇ ਵੀ DFC ਕੋਲ ਸਾਹਿਬ ਕੋਲ ਗਏ, ਇਸ ਨੂੰ ਇਸ ਕੰਮ ਨੂੰ ਵਾਰ ਵਾਰ ਨਾ ਦੁਹਰਾਇਆ ਜਾਵੇ ਔਰ ਇਸ ਬੰਦੇ ਨੂੰ ਇਸ ਤਰ੍ਹਾਂ ਦੇ ਮਹਿਕਮੇ ਵਿੱਚ ਮਹਿਕਮਾ ਬਦਨਾਮ ਕਰਨ ਦਾ ਕੋਈ ਹੱਕ ਨਹੀਂ ਹੈ, ਔਰ ਕੋਈ ਵੀ ਜੇ ਕੋਈ ਗਲਤ ਕੰਮ ਕਰ ਹੁੰਦਾ ਆ ਤਾਂ ਉਹਦੀ ਸਖ਼ਤ ਤੋਂ ਸਖ਼ਤ ਨੇ ਜਿਹੜੀ ਉਹ ਕਾਰਵਾਈ ਕੀਤੀ। ਅਸੀਂ ਮੰਗ ਕਰਦੇ ਹਾਂ ਕਣਕ ਵਧੀਆ ਆਵੇ, ਸਹੀ ਆਵੇ, 30 ਕਿਲੋ ਦੀ ਪੈਕਿੰਗ, ਕੋਈ 25 ਕਿਲੋ ਦਾ ਥੋੜ੍ਹਾ ਆ ਰਿਹਾ, ਕੋਈ 20 ਕਿਲੋ ਦਾ ਆ ਰਿਹਾ, ਕਣਕ ਗਲੀ ਛੜੀ ਭੇਜਣ ਡੇ ਆ। ਸਾਡੀ ਮੰਗ ਇਹ ਹੋ ਕਿ ਕਣਕ ਸਾਡੇ ਦੀਪੂ ਵਾਲੇ ਇਕੱਠੇ ਹੋਏ ਦੇ ਆ ਕਿ ਕਣਕ ਚੰਗੀ ਆਵੇ, ਕਣਕ ਤਾਂ ਗਲੀ ਛੜੀ ਭੇਜਣ ਡੇ ਆ ਜੀ, 20-20 ਕਿਲੋ ਤੋੜਾ, ਕੋਈ 25-25 ਕਿਲੋ ਤੋੜਾ ਭੇਜਣ ਡੇ ਆ ਜੀ।
पैसे साढ़े को किन्ने क्विंटल का 300 क्विंटल का 300 के पूरे पैक कराने असी जमा कराने तो पैकिंग पिछों सुमी धमाए ने जो पिछों घट कणक भेज रहे साढ़े इंस्पैक्टर हाथी उन्होंने कहा भी सही उन्होंने कंप्लेट भी की उन्होंने हाथी पै गया वो जी असन को यो मंग करते हैं कि सू कणक चंकी दिखती जाए पैकिंग पूरी आवे सही आवे। वहीं इस मामले की जानकारी देते हुए जीए रसन कौशल ने बताया कि उसे शिकायत मिली है कि सुमित कुमार नाम का इंस्पेक्टर गरीबों को दिए जाने वाले अनाज में हेरा फेरी कर रहा है। इंस्पेक्टर लोकल इंस्पेक्टर जेडे हैगे 6-7 ते कल आए सी मेरे को परसों आए सी ओदी इंक्वायरी की गई थी। मैं इंक्वायरी करने गया सी बकायदा डिपू वाले ते हैगे नेहरू पार्क के सामने वड्डी जा रही सी कणक मैं चेक की कणक कुछ वेट भी घट सी कुछ खराब भी सी उसकी प्रोपर जी इनकुआरी है हम गोदाम के चेक किया जा करा मैं जाके और जो भी होएगा वो 6-7 लोकल इंस्पैक्टर ने इतों के सेंटर वाइज ही आए थे 6-7 मैं बाकी इस अलावा अपने मंत्री रंधावा साहब उन्होंने शिकायत की ये पता नहीं डिपार्टमेंट वाले ने लाया पता नहीं की है रीजन यह नहीं पता बाकी इनकुआरी चल रही है अपना इनकुआरी करके फिर देख लिया जो होएगी फिर आप रिपोर्ट भेज देंगे। सीवन न्यूज के लिए गुरदासपुर से जतिंदर कुंदल की रिपोर्ट। सीवन न्यूज दिया ज्यादा अपडेट के लिए तुसी साडा यूट्यूब चैनल सब्सक्राइब कर सकते हो अते बेल आइकन प्रेस कर सकते हो।